ਸਮਝੌਤਾ ਬਲਾਸਟ ਮਾਮਲੇ ਦੇ ਵਿੱਚ ਕਰੀਬ 12 ਸਾਲ ਤੋਂ ਬਾਅਦ ਅੱਜ ਫੈਸਲਾ ਆਉਣਾ ਸੀ, ਲੇਕਿਨ ਫੈਸਲਾ ਤਾਂ ਨਹੀਂ ਆਇਆ। ਇਸ ਕੇਸ ਦੇ ਵਿੱਚ ਇੱਕ ਨਵਾਂ ਮੋੜ ਜ਼ਰੂਰ ਆ ਗਿਆ। ਸਾਡੇ ਨਾਲ ਇਸ ਵੇਲੇ ਮੌਜੂਦ ਨੇ ਸਵਾਮੀ ਅਸੀਮਾਨੰਦ ਦੇ ਵਕੀਲ ਐਡਵੋਕੇਟ ਮਨਵੀਰ ਰਾਠੀ ਜੀ। ਰਾਠੀ ਸਾਹਿਬ, ਕੀ ਨਵਾਂ ਮੋੜ ਆਇਆ? ਅੱਜ ਫੈਸਲਾ ਆਉਣਾ ਸੀ ਲੇਕਿਨ ਫੈਸਲਾ ਨਹੀਂ ਆਇਆ। ਅੱਜ ਇਸ ਕੇਸ 'ਚ ਫਾਈਨਲ ਫੈਸਲਾ ਆਉਣਾ ਸੀਗਾ, ਲੇਕਿਨ ਲਾਸਟ ਮੂਮੈਂਟ 'ਤੇ 4 ਵਜੇ ਜਿਸ ਟਾਈਮ ਫੈਸਲਾ ਸੁਣਾਉਣਾ ਸੀ, ਉਸ ਤੋਂ ਕੁਛ ਮਿੰਟ ਪਹਿਲਾਂ ਹੀ ਕੋਰਟ ਦੇ ਵਿੱਚ ਇੱਕ ਪਾਕਿਸਤਾਨੀ ਨੈਸ਼ਨਲ ਦੇ ਵੱਲੋਂ ਇੱਕ ਐਪਲੀਕੇਸ਼ਨ ਆਈ ਕਿ ਉਹ ਇਸ ਕੇਸ ਦੇ ਆਈ ਵਿਟਨੈਸ ਹੈ ਅਤੇ ਉਹ ਇਸ ਕੇਸ 'ਚ ਆਪਣਾ ਪੱਖ ਰੱਖਣਾ ਚਾਹੁੰਦੇ ਹੈ, ਅਤੇ ਇਹ ਐਪਲੀਕੇਸ਼ਨ ਉਹਨਾਂ ਦੇ ਕਿਸੇ ਵਕੀਲ ਦੇ ਥਰੂ ਆਈ ਹੈ। ਉਹ ਖੁਦ ਇੱਥੇ ਮੌਜੂਦ ਨਹੀਂ ਹੋਏ? ਨਹੀਂ, ਉਹ ਪਾਕਿਸਤਾਨੀ ਨੈਸ਼ਨਲ ਉਰੇ ਮੌਜੂਦ ਨਹੀਂ ਹੈ ਔਰ ਨਾ ਹੀ ਕੋਰਟ ਦੇ ਵਿੱਚ ਆਏ, ਅਤੇ ਉਹਨਾਂ ਦੇ ਸਿਰਫ ਈਮੇਲ ਉਹਨਾਂ ਦੇ ਸ਼ਾਇਦ ਐਡਵੋਕੇਟ ਨੂੰ ਆਈ ਹੈ, ਅਤੇ ਉਹਨਾਂ ਨੇ ਐਪਲੀਕੇਸ਼ਨ ਕੋਰਟ 'ਚ ਲਾਈ ਹੈ ਕਿ ਉਹਨਾਂ ਨੂੰ ਵੀ ਇਸ ਕੇਸ ਦੇ ਵਿੱਚ ਸੁਣਿਆ ਜਾਵੇ, ਅਤੇ ਇਸ ਐਪਲੀਕੇਸ਼ਨ ਦਾ ਜਵਾਬ NIA ਤੋਂ ਅਤੇ ਸਭੀ ਦੋਸ਼ੀ ਦੀ ਤਰਫੋਂ ਮੰਗਿਆ ਗਿਆ ਹੈ 14 ਤਾਰੀਖ ਲਈ। ਲੇਕਿਨ ਰਾਠੀ ਸਾਹਿਬ, ਇਸ ਤੋਂ ਪਹਿਲਾਂ ਵੀ ਜਿਹੜੇ 13 ਗਵਾਹ ਸੀ ਪਾਕਿਸਤਾਨੀ, ਉਹਨਾਂ ਨੂੰ ਸੰਮਨ ਕੀਤੇ ਗਏ, ਲੇਕਿਨ ਕੋਈ ਵੀ ਨਹੀਂ ਆਇਆ। ਹੁਣ ਅਚਨਚੇਤ ਇਸ ਯਾਨੀ ਕਿ ਇੱਕ ਪੱਖ ਦਾ ਆਉਣਾ, ਪਾਕਿਸਤਾਨੀ ਨੈਸ਼ਨਲਿਸਟ ਦਾ ਇਸ ਕੇਸ ਦੇ ਵਿੱਚ ਐਂਟਰੀ ਕਰਨਾ, ਕਿਵੇਂ ਵੇਖਦੇ ਹੋ? ਸਾਜਿਸ਼ ਜਾਂ ਕੁਛ ਹੋਰ? ਬਿਲਕੁਲ, ਇਹਦੇ ਪਿੱਛੇ ਕੋਈ ਨਾ ਕੋਈ ਉਹਨਾਂ ਦਾ ਮਕਸਦ ਜ਼ਰੂਰ ਹੋਣਾ, ਸ਼ਾਇਦ ਇਸ ਕੇਸ ਨੂੰ ਡਿਲੇ ਕਰਨਾ ਮਕਸਦ ਹੋ ਸਕਦਾ ਹੈ, ਕਿਉਂਕਿ ਜਦ 3 ਵਾਰ ਕੋਰਟ ਨੇ ਸੰਮਨ ਭੇਜੇ, 4-4 ਮਹੀਨੇ ਦਾ ਹਰ ਵਕਤ ਟਾਈਮ ਦਿੱਤਾ, ਪਾਕਿਸਤਾਨ ਹਾਈ ਕਮਿਸ਼ਨ ਦੇ ਥਰੂ ਉਹ ਸੰਮਨਸ ਭੇਜੇ ਗਏ ਸੀਗੇ, ਉਸ ਤੋਂ ਬਾਵਜੂਦ ਵੀ ਅੱਜ ਤੱਕ ਕੋਈ ਰਿਸਪੌਂਸ ਨਹੀਂ ਆਇਆ, ਅਤੇ ਕੋਰਟ ਨੇ ਉਸ ਤੋਂ ਬਾਅਦ ਅਕਤੂਬਰ 2018 ਦੇ ਵਿੱਚ ਇਸ ਕੇਸ ਦੀ ਅਗਵਾਈਆਂ ਪਾਕਿਸਤਾਨੀ ਨੈਸ਼ਨਲਜ਼ ਲਈ ਬੰਦ ਕਰ ਦਿੱਤੀਆਂ, ਅਤੇ ਉਸ ਤੋਂ ਬਾਅਦ ਲਾਸਟ ਮੂਮੈਂਟ 'ਤੇ ਇਸ ਦਾ ਆਉਣਾ, ਅਤੇ ਇਸ ਤੋਂ ਇੰਝ ਲੱਗਦਾ ਕਿ ਸ਼ਾਇਦ ਇਸ ਕੇਸ ਨੂੰ ਵਾਚ ਕੀਤਾ ਜਾ ਰਿਹਾ ਸੀਗਾ, ਅਤੇ ਲਾਸਟ ਮੂਮੈਂਟ ਦੇ ਵਿੱਚ ਇਹਦੇ ਵਿੱਚ ਸਿਰਫ ਅੜਚਨ ਪਾਉਣ ਦਾ ਇੱਕ ਕੰਮ ਅਤੇ ਸਾਜਿਸ਼ ਲੱਗਦੀ ਹੈ, ਅੜਚਨ ਪਾਉਣ ਦੀ ਸਾਜਿਸ਼ ਲੱਗਦੀ ਹੈ ਤੁਹਾਡੇ ਹਿਸਾਬ ਦੇ ਨਾਲ। 14 ਮਾਰਚ ਤਰੀਕ ਰੱਖੀ ਗਈ ਹੈ, 14 ਮਾਰਚ ਨੂੰ ਵੀ ਅਸੀਂ ਇਹ ਸਮਝੀਏ ਕਿ ਫੈਸਲਾ ਨਹੀਂ ਆਵੇਗਾ, ਕਿਉਂਕਿ ਤੁਸੀਂ ਜਵਾਬ ਦੇਵੋਗੇ ਜਾਂ ਜੋ ਵੀ ਪੱਖ ਨੇ ਬਚਾਅ ਪੱਖ? ਇਸ ਬਾਰੇ ਕੁਛ ਨਹੀਂ ਕਿਹਾ ਜਾ ਸਕਦਾ, ਕਿਉਂਕਿ 14 ਤਾਰੀਖ ਨੂੰ ਆਪਾਂ ਇਹਦਾ ਜਵਾਬ ਜ਼ਰੂਰ ਦੇਵਾਂਗੇ, ਅਤੇ ਉਸ ਤੋਂ ਬਾਅਦ ਪਹਿਲਾਂ ਇਸ ਐਪਲੀਕੇਸ਼ਨ ਦਾ ਰਿਜ਼ਲਟ ਆਏਗਾ, ਉਸ 'ਤੇ ਆਰਡਰ ਹੋਣਗੇ, ਉਸ ਤੋਂ ਬਾਅਦ ਹੀ ਫੈਸਲੇ ਦੀ ਕੋਈ ਡੇਟ ਲੱਗੇਗੀ। ਰਾਠੀ ਸਾਹਿਬ, ਇੱਕ ਸਵਾਲ ਹੋਰ ਕਿ ਹੈਦਰਾਬਾਦ ਮੱਕਾ ਮਸਜਿਦ ਦੇ ਬਲਾਸਟ ਮਾਮਲੇ ਵਿੱਚ ਬਰੀ ਹੋਏ ਨੇ ਸਵਾਮੀ ਅਸੀਮਾਨੰਦ ਜੀ, ਅਤੇ ਉਸ ਤੋਂ ਬਾਅਦ ਅਜਮੇਰ ਸ਼ਰੀਫ ਉਹਦੇ ਜੀ ਬਰੀ ਹੋਏ ਨੇ, ਇਸ ਮਾਮਲੇ ਵਿੱਚ ਤੁਸੀਂ ਕਿਵੇਂ ਵੇਖਦੇ ਹੋ? ਇਹਨਾਂ ਦੇ ਉੱਤੇ 3 ਕੇਸ ਸੀਗੇ, ਸਮਝੌਤਾ ਬਲਾਸਟ ਕੇਸ, ਅਜਮੇਰ ਸ਼ਰੀਫ ਬਲਾਸਟ ਕੇਸ ਅਤੇ ਮੱਕਾ ਮਦੀਨਾ ਬਲਾਸਟ ਕੇਸ। ਬਾਕੀ ਦੋਨੋਂ ਕੇਸ ਅਜਮੇਰ ਅਤੇ ਹੈਦਰਾਬਾਦ ਦੋਨਾਂ ਦੇ ਵਿੱਚ ਸਵਾਮੀ ਅਸੀਮਾਨੰਦ ਅਤੇ ਦੂਸਰੇ ਅਕਿਊਜ਼ ਜੋ ਸੀਗੇ ਲੋਕੇਸ਼, ਉਹ ਸਾਰੇ ਬਰੀ ਹੋਏ ਹੈ, ਅਤੇ ਇਹ ਆਖਰੀ ਕੇਸ ਸੀ ਉਹਨਾਂ ਦੇ ਉੱਤੇ, ਅਤੇ ਇਸ ਕੇਸ ਦਾ ਜਿਹੜਾ ਫੈਸਲਾ ਹੈ ਫਿਲਹਾਲ ਲਈ ਟਲ ਗਿਆ ਹੈ, ਕਿਉਂਕਿ ਜਦ ਵੀ ਕੋਰਟ ਦੇ ਵਿੱਚ ਕੋਈ ਐਪਲੀਕੇਸ਼ਨ ਆਉਂਦੀ ਹੈ ਤਾਂ ਹਰ ਕਿਸੇ ਨੂੰ ਸੁਣਵਾਈ ਦਾ ਮੌਕਾ ਦਿੱਤਾ ਜਾਂਦਾ ਹੈ, ਤਾਂ ਕਿ ਕਿਸੇ ਨੂੰ ਇਹ ਇਤਰਾਜ਼ ਨਾ ਰਹੇ ਕਿ ਮੇਰਾ ਇਸ ਕੇਸ ਦੇ ਵਿੱਚ ਕੋਈ ਸੁਣਵਾਈ ਨਹੀਂ ਹੋਈ। ਮੇਰਾ ਆਖਰੀ ਸਵਾਲ, ਜੱਜ ਜਗਦੀਪ ਸਿੰਘ ਨੇ ਜਿਨ੍ਹਾਂ ਨੇ ਰਾਮ ਰਹੀਮ ਨੂੰ ਸਜ਼ਾ ਸੁਣਾਈ, ਤੁਹਾਨੂੰ ਲੱਗਦਾ ਹੈ ਕਿ ਜੋ ਫੈਸਲਾ ਤੁਹਾਡੇ ਪੱਖ ਦੇ ਵਿੱਚ ਆਵੇਗਾ? ਇਹ ਨਹੀਂ ਕਿਹਾ ਜਾ ਸਕਦਾ ਫੈਸਲਾ ਕਿਸ ਪਕਸ਼ ਦੇ ਵਿੱਚ ਆਏਗਾ, ਇਹ ਤਾਂ ਜਿਸ ਟਾਈਮ ਆਰਡਰ ਪ੍ਰਨਾਊਂਸ ਹੋਏਗਾ, ਜਜਮੈਂਟ ਪ੍ਰਨਾਊਂਸ ਹੋਏਗੀ, ਉਸੇ ਵਕਤ ਕਿਹਾ ਜਾ ਸਕਦਾ ਹੈ। ਬਾਕੀ ਆਪਾਂ ਅਕਿਊਜ਼ ਦੀ ਤਰਫੋਂ ਐਜ਼ ਏ ਡਿਫੈਂਸ ਕੌਂਸਲ ਇਹੀ ਉਮੀਦ ਕਰਦੇ ਹਾਂ ਕਿ ਫੈਸਲਾ ਉਹਨਾਂ ਦੇ ਹੱਕ ਦੇ ਵਿੱਚ ਆਏ ਅਤੇ ਉਹਨਾਂ ਦੇ ਨਾਲ ਵੀ ਜਸਟਿਸ ਹੋਵੇ, ਕਿਉਂਕਿ ਸਾਲੋਂ ਸਾਲ ਤੋਂ ਜਿਹੜੇ ਜੇਲ੍ਹ ਦੇ ਵਿੱਚ ਬੰਦ ਹੈ, ਨਜਾਇਜ਼ ਬੰਦ ਹੈ, ਅਤੇ ਕਿਸੇ ਸ਼ਾਇਦ ਪੋਲੀਟੀਕਲ ਕੌਂਸਪੀਰੇਸੀ ਦੇ ਤਹਿਤ ਉਹਨਾਂ ਨੂੰ ਇਹ ਵਕਤ ਜੇਲ੍ਹ ਦੇ ਪਿੱਛੇ ਬਿਤਾਉਣਾ ਪਿਆ। ਬਹੁਤ ਬਹੁਤ ਧੰਨਵਾਦ ਨਾਲ ਗੱਲਬਾਤ ਕਰਨ ਦੇ ਲਈ। ਤਾਂ ਆਏ ਸਨ ਮਨਵੀਰ ਰਾਠੀ ਐਡਵੋਕੇਟ ਨੇ ਸਵਾਮੀ ਅਸੀਮਾਨੰਦ ਦੇ। ਇਹਨਾਂ ਦੀ ਮੰਨੀਏ ਤਾਂ ਸਾਜਿਸ਼ਨ ਅੱਜ ਇੱਕ ਜੋ ਐਪਲੀਕੇਸ਼ਨ ਆਈ ਹੈ ਇੱਕ ਪਾਕਿਸਤਾਨੀ ਨੈਸ਼ਨਲਿਸਟ ਵੱਲੋਂ ਉਹ ਲਾਈ ਗਈ ਹੈ, ਅਤੇ ਕੋਈ ਸਾਜਿਸ਼ ਹੋ ਸਕਦੀ ਹੈ ਤਾਂ ਜੋ ਸਮਝੌਤਾ ਬਲਾਸਟ ਮਾਮਲੇ ਦੇ ਵਿੱਚ ਜੋ ਵੀ ਜੋ ਮੁਲਜ਼ਮ ਫੜੇ ਹੋਏ ਨੇ ਉਹਨਾਂ ਦੇ ਮਾਮਲੇ ਨੂੰ ਹੋਰ ਲਟਕਾਇਆ ਜਾ ਸਕੇ। ਲੇਕਿਨ ਪਹਿਲਾਂ ਵੀ ਕਈ ਵਾਰ 3 ਵਾਰ ਜਿਵੇਂ ਇਹਨਾਂ ਨੇ ਆਪ ਦੱਸਿਆ ਕਿ ਪਾਕਿਸਤਾਨੀ ਜੋ ਗਵਾਹ ਸੀ ਉਹਨਾਂ ਨੂੰ ਸੰਮਨ ਕੀਤੇ ਗਏ, ਆਓ ਅਤੇ ਗਵਾਹੀ ਦਿਓ, ਲੇਕਿਨ 4-4 ਮਹੀਨੇ ਦਾ ਸਮਾਂ ਦੇਣ ਤੋਂ ਬਾਅਦ ਵੀ ਉਹ ਗਵਾਹੀ ਦੇਣ ਨਹੀਂ ਆਏ। ਲੇਕਿਨ ਅਚਨਚੇਤ ਜਦੋਂ ਫੈਸਲਾ ਆਉਣਾ ਸੀ, ਫੈਸਲਾ ਆਉਣ ਤੋਂ ਠੀਕ ਪਹਿਲਾਂ ਇੱਕ ਐਪਲੀਕੇਸ਼ਨ ਮੂਵ ਹੁੰਦੀ ਹੈ ਕੋਰਟ ਦੇ ਵਿੱਚ, ਅਤੇ ਉਹਦੇ ਵਿੱਚ ਕਿਹਾ ਜਾਂਦਾ ਹੈ ਕਿ ਇੱਕ ਪਾਕਿਸਤਾਨੀ ਨੈਸ਼ਨਲਿਸਟ ਹੈ ਜੋ ਇਸ ਮਾਮਲੇ ਦੇ ਵਿੱਚ ਕੁਝ ਕਹਿਣਾ ਚਾਹੁੰਦੀ ਹੈ ਜਾਂ ਕਹਿਣਾ ਚਾਹੁੰਦਾ ਹੈ। ਵੇਖਣਾ ਦਿਲਚਸਪ ਰਹੇਗਾ ਕਿ ਆਖਿਰ 14 ਮਾਰਚ ਨੂੰ ਹੁਣ ਇਹ ਕੇਸ ਨਵਾਂ ਕੀ ਮੋੜ ਲਵੇਗਾ। ਵੀਡੀਓ ਜਰਨਲਿਸਟ ਲਲਿਤ ਪਾਂਡੇ ਦੇ ਨਾਲ ਠਾਕੁਰ ਅਮਨਦੀਪ ਸਿੰਘ, ਡੇਲੀ ਪੋਸਟ ਪੰਜਾਬੀ, ਪੰਚਕੂਲਾ।
ਕੀ ਤੁਸੀਂ ਚਾਹੁੰਦੇ ਹੋ ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ? ਅਤੇ ਅੱਜ ਹੀ ਮਿਲੋ ਪਿਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ, ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ। ਤੁਸੀਂ ਕਾਲ ਕਰ ਸਕਦੇ ਹੋ 9253 9253।